ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਮੈਂ ਨੀਲਮ ਕੁਈਨ ਪ੍ਰਾਈਮ ਹਾਸੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹੈ ਤੇ ਅੱਜ ਗੈਸਟ ਆਨ ਚੱਲਦੇ ਦੋ ਸਵਾਰੀਆਂ ਬਣਨ ਦੇ ਚੱਲਦੇ ਆ ਹੈਲੋ ਦੋ ਸਵਾਰੀਆਂ ਬਣਨ ਦੇ ਚੱਲਦੇ ਮੈਂ ਕਿ ਦੋ ਹੈਲੋ ਤੁਸੀਂ ਕਿੱਧਰ ਵੜੀ ਜਾਂਦੇ ਹੋ ਇੱਧਰ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਗੈਸਟ ਆਉਣ ਵਾਲੇ ਆ ਲੈ ਗੈਸਟ ਮੈਂ ਜੀ ਅਸੀਂ ਆ ਗਏ ਤਾਂ ਮਾੜੀ ਗੱਲ ਹੋ ਗਈ ਚੱਲ ਜਾਣਾ ਤੂੰ ਗੱਲ ਕਰਨ ਆਏ ਨਹੀਂ ਪਰ ਇੱਧਰ ਕੀ ਕਰਨ ਆਏ ਹੋ ਤੁਸੀਂ ਮੈਂ ਪੰਮਾ ਆਟੋ ਵਾਲਾ ਅੱਛਾ वापस क्यों करना चाहिए कैश भी तुसी बोलिया बंदे नूं जरूरत हुंदी आ ਉਹ ਮੈਡਮ ਜੀ ਅੱਜ ਕੱਲ ਭਲਾਈ ਦਾ ਜ਼ਮਾਨਾ ਨਹੀਂ ਰਿਹਾ ਕਿਉਂ ਪਿੱਛੇ ਜੇ ਇੱਕ ਬੰਦੇ ਦਾ ਫੋਨ ਰਹਿ ਗਿਆ ਸੀ ਮੇਰੇ ਆਟੋ 'ਚ ਹਾਂ ਜਿੱਥੋਂ ਕੋ ਚੜਿਆ ਮੈਂ ਕੋ ਉੱਥੇ ਇੱਕ ਘਰ ਹੋਣਾ ਉਹਦਾ ਹਾਂ ਮੈਂ ਗਿਆ ਉਹਦਾ ਘਰੇ ਗਿਆ ਜਨਾਨੀ ਨੂੰ ਫੋਨ ਫੜਾ ਦਿੱਤਾ ਅੱਛਾ ਜਨਾਨੀ ਨੇ ਫੋਨ ਫੜਿਆ ਦੂਜੇ ਤੀਜੇ ਦਿਨ ਬੰਦੇ ਨੇ ਮੈਨੂੰ ਫੜ ਲਿਆ ਕਿਉਂ ਬੰਦੇ ਨੇ ਕਿਉਂ ਫੜ ਲਿਆ ਉੱਤੇ ਡੀਪੀ ਲੱਗੀ ਉਹਦੇ ਨਾਲ ਸਿਹਲੀ ਦੀ ਕਹਿੰਦਾ ਮੈਂ ਆਪਣੀ ਜਨਾਨੀ ਦੀ ਚੋਰੀ ਰੱਖਿਆ ਜੀ ਤੇ ਮੈਂ ਕਿਹਾ ਰੱਖਿਆ ਜੀ ਇਹ 'ਚ ਰੱਖ ਮੇਰੇ ਆਟੋ ਜ਼ਰੂਰੀ ਰੱਖਣਾ ਸੀ ਤੇ ਸਾਂਭ ਕੇ ਰੱਖ ਉਹਨੇ ਫੇਰ ਪੰਜ ਸੱਤ ਰੱਖੀ ਨਹੀਂ ਪਰ ਫੇਰ ਵੀ ਤੁਹਾਨੂੰ ਥਾਣੇ ਵਗੈਰਾ ਜਾ ਕੇ ਪੁਲਿਸ ਕੋਲ ਜਾ ਕੇ ਰਿਪੋਰਟ ਲਿਖਵਾਉਣੀ ਹੈ ਥਾਣੇ ਤੋਂ ਯਾਦ ਆਇਆ ਮੈਂ ਜੀ ਮੈਂ ਹਾਂ ਮੈਂ ਤੁਹਾਨੂੰ ਰਿਪੋਰਟ ਲਿਖਾਉਣਾ ਹੈ ਨਹੀਂ ਪਰ ਸਾਡੇ ਕੋਲ ਮੀਡੀਆ ਵਾਲਿਆਂ ਤੋਂ ਥੋੜੋ ਰਿਪੋਰਟ ਲਿਖਾਈ ਦੀ ਥਾਣੇ ਜਾਓ ਜੇ ਲਿਖਾਉਣੀ ਥਾਣੇ ਵਾਲਿਆਂ ਦੀ ਹੋਵੇ ਫੇਰ ਮਤਲਬ ਪੁਲਿਸ ਵਾਲੇ ਦੀ ਰਿਪੋਰਟ ਲਿਖਾਉਣੀ ਇੱਕ ਦੀ ਮੈਂ ਜੀ ਬੜਾ ਦੁਖੀ ਕੀਤਾ ਪਿਆ ਧਰਮਿੰਦਰ ਸਿੰਘ ਹੈ ਐ ਸੜ ਤੋਂ ਲੱਗਦੀ ਜੇ ਸ਼ਰੀਕਾ ਨਹੀਂ ਲੱਗਦਾ ਆਟੋ ਖੜਾ ਬਾਅਦ ਚ ਕਰੀਦਾ ਚੱਲ ਆਟੋ ਅੱਗੇ ਚੱਲ ਆਟੋ ਪਿੱਛੇ ਕੋ ਗੱਲ ਆ ਮੈਂ ਤੇ ਫਿਰ ਤੁਸੀਂ ਨਹੀਂ ਤਾਂ ਜਿੱਥੇ ਮਰਜ਼ੀ ਰੋਕ ਦਿੰਦੇ ਅਗਲਿਆਂ ਨੇ ਤੁਹਾਨੂੰ ਡੰਡਾ ਮਾਰ ਕੇ ਕਰਨਾ ਹੀ ਆ ਕਿ ਨੂੰ ਉਹ ਮੈਂ ਜੀ ਸੜਕ ਤੇ ਲਾਉਣਾ ਮੈਂ ਕੋਠੇ ਦੀ ਚੜ ਦਾਂਗੇ ਪਰ ਤੁਸੀਂ ਸੜਕ ਤੇ ਲਾਓ ਜਿਹੜੀ ਜਗ੍ਹਾ ਦੱਸੀ ਹੁੰਦੀ ਕਿ ਆਟੋ ਇੱਥੇ ਲੱਗਣੇ ਚਾਹੀਦੇ ਉੱਥੇ ਲਾਓ ਜਿੱਥੇ ਮਰਜ਼ੀ ਤਾਂ ਤੁਸੀਂ ਰੋਕ ਦਿੰਦੇ ਆ ਸਵਾਰੀ ਮੈਂ ਜੀ ਭੱਜ ਕੇ ਫੜਨੀ ਪੈਂਦੀ ਆ ਉਹ ਜ਼ਮਾਨੇ ਗਏ ਜਦੋਂ ਸਵਾਰੀ ਭੱਜ ਕੇ ਆਟੋ ਫੜਦੀ ਸੀ ਅੱਜ ਕੱਲ ਭੱਜ ਕੇ ਸਵਾਰੀ ਫੜਨੀ ਪੈਂਦੀ ਆ ਸਵਾਰੀਆਂ ਭੱਜਦੀਆਂ ਤੁਸੀਂ ਕਿਤੇ ਵਿੱਚ ਨਾ ਮਾਰ ਦਿਓ ਐ ਲਿਆ ਕੇ ਵਿੱਚ ਮਾਰ ਦਿਓ ਤੁਸੀਂ ਮਾਰ ਦੇ ਮੇ ਕੋਲ ਦੀ ਟੈਸਲਾ ਆਇਆ ਨਾ ਪਰ ਸਿੱਧੇ ਹੋ ਕੇ ਬੈਠੋ ਪਹਿਲਾਂ ਤਾਂ ਲਿਆ ਕੇ ਬੈਠ ਸਿੱਧੇ ਨਹੀਂ ਹੋ ਸਕਦੇ ਮੈਂ ਜੀ ਮੈਂ ਫੇਰ ਇਹ ਟਾਈਮ ਵੀ ਇਦਾਂ ਬੈਠਾ ਹੈ ਹੈ ਉਹ ਆਤ ਪਈ ਹੈ ਨਾ ਆਤ ਵੀ ਨਹੀਂ ਪਰ ਫੇਰ ਵੀ ਰਾਮਾ ਮੰਡੀ ਪੀਏਪੀ ਲੜੀ ਵਾਲੇ ਇੱਧਰ ਕਿੱਧਰ ਬੋਲੀ ਜਾਂਦੇ ਆ ਵਾਰੀ ਆ ਪਿੱਛੇ ਮੈਂ ਸ਼ਾਇਦ ਸਵਾਰੀ ਸੁਣ ਲੈ ਕੋਈ ਉਹ ਪਤਾ ਕੀ ਚੱਕਰ ਮੈਂ ਤੇ ਫੇਰ ਇਹਨਾਂ ਦੇ ਟਾਈਮ ਵੀ ਇਦਾਂ ਹੀ ਪੈਂਦਾ ਹੂੰ ਸਮਝੀ ਆਤ ਪੈ ਗਈ ਹੁਣ ਸਵਾਰੀ ਸੂਰੀ ਬਹਿ ਜਾਂਦੀ ਨਾ ਇਦਾਂ ਐ ਕਰਕੇ ਇੱਕ ਦੀ ਸਵਾਰੀ ਭਾਲੀ ਨਹੀਂ ਪਰ ਤੁਸੀਂ ਆਪਣੀ ਜਗ੍ਹਾ ਤੇ ਨਾ ਬਿਠਾਓ ਉਹਨਾਂ ਦੀ ਸਾਈਡ ਤੇ ਜਗ੍ਹਾ ਹੁੰਦੀ ਆਪ ਪ੍ਰੋਪਰ ਇਦਾਂ ਫੜ ਕੇ ਨਾ ਐ ਚਲਾਇਆ ਕਰੋ ਅੱਛਾ ਮਤਲਬ ਤੁਹਾਡੇ ਕਹਿਣ ਦਾ ਮਤਲਬ ਜਿਹੜੀ ਸੀਟ ਤੇ ਮੈਂ ਬੈਠਾ ਹਾਂ ਉਧਰਲੇ ਪਾਸੇ ਸਵਾਰੀ ਬਿਠਾਣਾ ਉੱਥੇ ਨਹੀਂ ਬਿਠਾਉਣੀ ਸਾਈਡਾਂ ਤੇ ਬਿਠਾਓ ਸਾਈਡਾਂ ਦੀ ਜਗ੍ਹਾ ਹੁੰਦੀ ਸਵਾਰੀ ਲਈ ਉਹ ਜਿਹੜਾ ਇਹਨੂੰ ਆ ਗਿਆ ਹਾਂ ਸਮਝ ਗਿਆ ਮੈਂ ਮਤਲਬ ਤੁਹਾਡਾ ਮਤਲਬ ਸਮਝ ਗਿਆ ਮੈਂ ਹਾਂ ਜਾਂ ਤਾਂ ਫਿਰ ਬਿਠਾਓ ਹੀ ਨਾ ਸਵਾਰੀ ਜੀ ਮੈਂ ਇਧਰਲੇ ਪਾਸੇ ਭਾਲੀ ਵਾਜਾਂ ਕੌਣ ਦਊਗਾ ਪੀਏਪੀ ਰਾਮਾ ਮੰਡੀ ਲਵੜੀ ਵਾਲੇ ਕੌਣ ਕਹੂ ਨਹੀਂ ਪਰ ਚੱਜ ਨਾਲ ਚਲਾਓ ਆਟੋ ਲੋਕਾਂ ਦੇ ਵਿੱਚ ਨਹੀਂ ਆਟੋ ਮਾਰਨੀ ਸਵਾਰੀਆਂ ਹਜੇ ਘਰਾਂ ਦੇ ਵਿੱਚੋਂ ਨਿਕਲਦੀਆਂ ਹੁੰਦੀਆਂ ਆ ਕੇ ਖੜ ਜਾਂਦੇ ਆ ਮਾੜੀ ਕਰਦੇ ਯਾਰ ਉਹੀ ਤੌਮਤਾ ਲਈ ਜਾਂਦੇ ਤੇ ਪੁਲਿਸ ਵਾਲੇ ਤਾਂ ਵੀ ਮਾੜਾ ਲੱਗਣ ਦਾ ਤੁਹਾਡਾ ਉਹਨਾਂ ਪੁਲਿਸ ਵਾਲੇ ਨਹੀਂ ਸਾਨੂੰ ਤਾਂ ਕਰ ਜਿੰਨਾ ਤੁਸੀਂ ਕਰੀ ਤੇ ਰਿਐਲਿਟੀ ਆ ਹਜੇ ਸਵਾਰੀ ਕਿੰਨੀ ਦੂਰ ਹੁੰਦੀ ਉੱਥੇ ਖੜ ਜਾਂਦੇ ਜਿਹੜੀਆਂ ਵਿੱਚ ਬੈਠੀਆਂ ਸਵਾਰੀਆਂ ਹੁੰਦੀਆਂ ਤੁਸੀਂ ਉਹਨਾਂ ਨੂੰ ਦੁਖੀ ਕਰਦੇ ਅਗਲੇ ਨੇ ਛੇਤੀ ਜਾਣਾ ਹੁੰਦਾ ਮੇਰੀ ਗੱਲ ਨਹੀਂ ਸਮਝੇ ਸਾਨੂੰ ਵੀ ਛੇਤੀ ਹੁੰਦੀ ਆ ਅੱਛਾ ਆਪਾਂ ਵੀ ਘਰੇ ਜਾ ਕੇ ਬੱਚਿਆਂ ਦੇ ਮੂੰਹ 'ਚ ਲੀਚੀਆਂ ਪਾਈਏ ਆਹਾਂ ਪਾਈਏ ਆਹਾਂ ਸਮਝੀ ਦੀ ਹੁੰਦੀ ਠੀਕ ਆ ਠੀਕ ਆ ਇਸ ਕਰਕੇ ਸਵਾਰੀ ਨੂੰ ਪਾਈ ਪਾਈ ਪਈਦਾ ਹੈ ਚਲੋ ਛੱਡੋ ਹੁਣ ਇਹ ਚੀਜ਼ਾਂ ਆ ਹੀ ਗਏ ਨਾਲੇ ਜਿਹੜੀ ਬੈਠ ਦੀ ਗੱਲ ਸੀ ਹਾਂ ਅੰਦਰਲੀ ਗੱਲ ਤਾਂ ਦੱਸਦਾ ਕੀ ਸੀਟ ਜਿਹੜੀ ਹੁੰਦੀ ਨਾ ਇੰਜਨ ਦੇ ਉੱਤੇ ਹੁੰਦੀ ਸਾਡੀ ਹਾਂ ਆਪਾਂ ਆਪ ਠੰਡੇ ਡਾਰ ਹੋ ਜੀਦਾ ਗਾਗ ਨੂੰ ਵਾਈਦਾ ਹੌਟ ਸੀਟ ਜਿਹੜਾ ਲੰਬੂ ਕਹਿੰਦਾ ਨਾ ਤਾਂ ਵਿੱਚ ਨਾ ਹਾਂ ਉਹਦੀ ਹੌਟ ਸੀਟ ਥੋੜੀ ਹੁੰਦੀ ਹੌਟ ਸੀਟ ਹੁੰਦੀ ਆ ਡਾਰੀ ਆ ਹੌਟ ਸੀਟ ਤੇ ਆਈ ਤੇ ਮੈਂ ਫੁਲਕੇ ਲਾ ਲਓ ਨਹੀਂ ਚਲੋ ਮੈਂ ਕਹਿਣ ਲੱਗੀ ਸੀਗੀ ਆਪਣੀਆਂ ਗੱਲਾਂ ਛੱਡੋ ਜੇ ਤੁਸੀਂ ਆਏ ਹੋ ਇਹ ਦੱਸੋ ਕਿ ਪੂਰੇ ਦਿਨ ਚ ਵੈਸੇ ਕਮਾ ਕਿੰਨਾ ਕੁ ਲੈਂਦੇ ਹੋ ਤੁਸੀਂ ਵਾਇਦਾ ਕੋ ਨਹੀਂ ਮੈਂ ਕਿਉਂ ਲੈ ਤਾਂ ਵੀ ਝੂਠੇ ਹੀ ਵਾਇਦੇ ਤੁਹਾਨੂੰ ਦੱਸਾਂ 30 ਰੁਪਏ ਤੁਸੀਂ ਸਵਾਰੀ ਤੋਂ ਲੈਨੇ ਹਜੇ ਵੀ ਕਹਿੰਦੇ ਕੋਈ ਬਚਦਾ ਨਹੀਂ ਉਹ ਮੰਗੀ ਦੇ ਦਿੰਦੀ ਥੋੜੀ ਸਵਾਰੀ 30 ਰੁਪਏ ਤੇ ਦਿੰਦੇ ਹੀ ਆ ਪੈਸੇ ਉਹ ਭਰਾਵਾ ਤੁਹਾਡੇ ਵਰਗੀ ਕੁੜੀ ਨਾ ਐਲ ਵੀ ਦਾ ਬੈਗ ਫੜਿਆ ਹੁੰਦਾ ਗੁੱਚੀ ਦੀ ਐਨਕਾਂ ਲਾਈਆਂ ਹੁੰਦੀਆਂ ਰਾਡੋ ਦੀ ਘੜੀ ਹੁੰਦੀ ਹੈ 30 ਮੰਗ ਲਓ ਨਾ ਭਈਆ 30 ਰੁਪਏ ਆਟੋ ਦੇ ਮਗਰਾੜ ਵਰਗਾ ਮੂੰਹ ਬਣਾ ਲੈਂਦੀ ਉਹ ਵਿਚਾਰਿਆਂ ਨੇ ਚਲੋ ਕਾਪੀ ਲਿਆ ਹੋਊਗਾ ਜਿਹੜੇ ਓਰੀਜਨਲ ਵਾਲੀ ਉਹ ਗੱਡੀ 'ਚ ਜਾਂਦੇ ਤੁਹਾਡੇ ਆਟੋ 'ਚ ਵੀ ਨਹੀਂ ਪੈਂਦੀਆਂ ਇੱਥੇ ਗੱਡੀ 'ਚ ਜਾਂਦੀਆਂ ਤੁਸੀਂ ਗੱਡੀ 'ਚ ਆਉਂਦੇ ਹੋ ਹਾਂਜੀ 20 ਵਾਰੀ ਤੁਹਾਨੂੰ ਮੈਂ ਇੱਥੇ ਪ੍ਰਾਈਮੇ ਚਾਹੀ ਚੱਲਿਆ ਗੱਡੀ 'ਚ ਅਜੇ ਵੀ 10 ਰੁਪਏ ਬਕਾਇਆ ਖੜਾ ਤੁਹਾਡੇ ਵਾਲੀ ਐਵੇਂ ਖੜਾ ਮੈਂ ਕਦੀ ਤੁਹਾਡੀ ਆਟੋ 'ਚ ਬੈਠੀ ਨਹੀਂ ਯਾਰ ਛੱਡੋ ਯਾਰ ਪਰਸਨ ਜੁੰਦੇ ਮੇਰੇ ਨਾਲ ਜੇ ਤੁਸੀਂ ਇੰਨਾ ਦੁਖੀ ਹੋ ਸਵਾਰੀਆਂ ਤਾਂ ਫਿਰ ਪੱਕਾ ਆਟੋ ਲਾ ਲਓ ਨਾ ਕਿਤੇ
ਪੱਕਾ ਟੋਲ ਲਓ ਹਾਂ ਪੱਕੀ ਸਵਾਰੀ ਜਿਹਦੇ ਸਕੂਲ ਦੇ ਪੱਕੀ ਸਵਾਰੀ ਹਾਂ ਸਕੂਲ ਦੇ ਹੋ ਗਏ ਜਾਂ ਕਿਤੇ ਕਾਲਜ ਦੇ ਹੋ ਗਏ ਚੱਕਰ ਪਤਾ ਕੀ ਹੈ ਲਾਈ ਸੀ ਪੱਕੀ ਸਵਾਰੀ ਪੱਕੀ ਸਵਾਰੀ ਲਾਈ ਸੀ ਮੈਡਮਾਂ ਨਾਲ ਆਇਆ ਸੀ ਪੱਕਾ ਆਟੋ ਹਾਂ ਮੈਂ ਪੱਕਾ ਸੀਗਾ ਮੈਡਮਾਂ ਵਿਚਾਰੀਆਂ ਕੱਚੀਆਂ ਸੀ ਅੱਛਾ ਉੱਤੋਂ ਪੈਸੇ ਲੱਗੇ ਹੋਰ ਕੱਚੀਆਂ ਹੁੰਦੀਆਂ ਸੀ ਤਨਖਾਹ ਘੱਟ ਸੀ ਫਿਰ ਤੁਸੀਂ ਥੋੜਾ ਜਿਹਾ ਉਹ ਤਰਸ ਆ ਗਿਆ ਮੈਨੂੰ ਫਿਰ ਮੈਂ ਉਹਨਾਂ ਦੀ ਮਤਲਬ ਟਿਕਟ ਛੱਡਣ ਲੱਗ ਪਿਆ ਮੈਂ ਕਿਹਾ ਚਲ ਕੋਈ ਨਹੀਂ ਉੱਥੇ ਹੀ ਅਪ ਡਾਊਨ ਕਰਾ ਹਾਂ ਉਹਨਾਂ ਨੂੰ ਅਪ ਡਾਊਨ ਦੇ ਚੱਕਰ ਦੀ ਮੇਰੀ ਜਨਾਨੀ ਕੱਚਾ ਕਰਦੀ ਵੀ ਤੂੰ ਕਿਹੜਾ ਪੁੰਨ ਦਾਨ ਦੇ ਚੱਕਰਾਂ 'ਚ ਪੈ ਗਈ ਹਾਂ ਜਨਾਨੀ ਨਾਲ ਮੇਰਾ ਇੱਟ ਕੁੱਤੇ ਦਾ ਵਿਆਹ ਤਲਾਕ ਹੋਇਆ ਬਾਅਦ 'ਚ ਇੱਕ ਮੈਡਮ ਪੱਕੀ ਹੋਈ ਮਤਲਬ ਅੱਛਾ ਪੱਕੀ ਹੋ ਗਈ ਮਤਲਬ ਉੱਥੇ ਜਿਹੜੀ ਕਹਿੰਦੇ ਸੀ ਜਿੱਥੇ ਕੱਚੀ ਆ ਉੱਥੇ ਪੱਕੀ ਹੋ ਗਈ ਉਹ ਆਪਣੇ ਨਾਲ ਪੱਕੀ ਹੋ ਗਈ ਉਹਦੇ ਕਰਕੇ ਲੜਾਈ ਹੋਈ ਸੀ ਘਰੇ ਸਮਝੀ ਦੀ ਹੁੰਦੀ ਗੱਲ थाने जाके रिपोर्ट लिखाओ सीधे हो गए बैठो पहला था मैडम जी मैं सीधा तनु आके फेरिया ते टाइम नहीं चलना है ही नहीं काम किद्दा गया मैं इसी चक्कर मोटरसाइकिल नहीं लैन दिया क्यों ऐ बैठा नहीं ना मेरा उत्ते एक साइड नु बैठ जाओ सिस्टम यार ओदा दसो पुलिस वाले दा करो कुछ मैडम जी पुलिस वाले बहुत दुखी कर दे एक अपन पुलिस वाला तुसी देखो उठ जाके रिपोर्ट तनु लिखोनी पैनी जे पुलिस वाले दी भी लिखोनी ओथे ही लिखोनी पैनी है आ गाने गुणे जेड़े तुसी इत्थे लवाउन आए हो ओ ता लगना नहीं हैगा ਜਿਹਦਾ ਪਰਸ ਆ ਉਹਨੂੰ ਵਾਪਸ ਕਰੋ ਪਰਸ ਐਵੇਂ ਵਾਪਸ ਕਰੋ ਹਾਂਜੀ ਇਹੋ ਉਹ ਨਹੀਂ ਤਾਂ ਮੈਨੂੰ ਫੜਾ ਦੋ ਮੈਂ ਆਪੇ ਵਾਪਸ ਕਰ ਦੂੰ ਇਹਨੂੰ ਫੜਾ ਦੋਗੇ ਹਾਂ ਤੂੰ ਡਈ ਆ ਕੰਨ ਮੋੜਨ ਡਈ ਸਿੱਧੇ ਮਾਮਾ ਮੰਡੀ ਪੀਏਪੀ ਲਵਲੀ ਵਾਲੇ ਸਿੱਧੇ ਹੋ ਕੇ ਬੈਠੋ ਪਹਿਲਾਂ ਤਾਂ ਮੈਡਮ ਜੀ ਤੁਹਾਨੂੰ ਮੈਂ ਆਖਿਆ ਨਹੀਂ ਇਹ ਡਾਕਟਰਾਂ ਕੋਲ ਨਹੀਂ ਸਿੱਧੀਆਂ ਹੋਈਆਂ ਲੱਤਾਂ ਮੈਂ ਕਿਦਾਂ ਕਰ ਲੂੰ ਡਾਕਟਰਾਂ ਤੋਂ ਨਹੀਂ ਸਿੱਧੀਆਂ ਹੋਈਆਂ ਆਟੋ ਵਾਲੇ ਆ ਮੈਡਮ ਜੀ ਮਾਰਦੇ ਕੰਨ ਦੁਖੀ ਕੀਤਾ ਤੁਸੀਂ ਲੋਕਾਂ ਨੂੰ ਦੁਖੀ ਕੀ ਕੀਤਾ ਮੈਂ ਲੋਕੀ ਸਾਨੂੰ ਦੁਖੀ ਕਰਦੇ ਨੇ ਮੈਡਮ ਜੀ ਕਿਹੜੇ ਲੋਕੀ ਨੇ ਦੁਖੀ ਕੀਤਾ ਲੋਕੀ ਮੈਡਮ ਜੀ ਪਤਾ ਕਿੱਦਾਂ ਕਿੱਦਾਂ ਦੇ ਹੁੰਦੇ ਆ ਕਿੱਦਾਂ ਦੇ ਭਾਵੇਂ ਉਹਨਾਂ ਨੇ 20 ਕਿਲੋਮੀਟਰ ਦੀ ਵਾਰਡ ਤੇ ਜਾਣਾ ਹੋਵੇ ਹਾਂ ਤੇ ਪੈ 30 ਰੁਪਏ ਮੰਗਦੇ ਤਾਂ ਕਹਿੰਦੇ ਲੈ ਆ ਤੇ ਹੈ ਆ ਤੇ ਹੈ ਇਹ ਤਾਂ ਗੱਲ ਸੱਚੀ ਹੈ ਨੇੜੇ ਹੀ ਜਾਣਾ ਹੁੰਦਾ ਤੁਸੀਂ ਤਾਂ ਵੀ 20-30 ਤੋਂ ਵੱਧ ਘੱਟ ਤੁਸੀਂ ਉਦਾਂ ਦੇ ਹੀ ਹੋ ਮੈਂ ਕੀ ਮਤਲਬ ਉਦਾਂ ਦੀ ਆ ਇਹ ਤਾਂ ਗੱਲ ਸੱਚੀ ਹੈ ਤਾਂ ਸੱਚੀ ਆ ਸੱਚੀ ਆ ਇੱਕ ਬੀਬੀ ਆ ਗਈ ਤੁਹਾਡੇ ਵਰਗੀ ਮੇਰੇ ਅੱਛਾ ਮੈਨੂੰ ਕਹਿੰਦੀ ਭਾ ਟੇਸ਼ਨ ਜਾਣਾ ਮੈਂ ਕਿਹਾ 30 ਰੁਪਏ ਹਾਂ ਕਹਿੰਦੀ ਆ ਤੇ ਆ ਮੈਂ ਕਿਹਾ ਬਾਹ ਇਹਨੂੰ ਕੱਲ ਹੀ ਸ਼ਤਾਬਦੀ ਦਾ ਟਾਈਮ ਹੋਇਆ ਇਹ ਨਾ ਵੀ ਬਾਹ ਵੱਡੀ ਜਾਵੇ ਚਲੋ ਨਹੀਂ ਹਾਂ ਐਂ ਬਹੁ ਕਰ ਦਿੰਦੇ ਕਈ ਵਿਹਲੇ ਬਹੁਤ ਹੁੰਦੇ ਭਾਈ ਜਾਣਾ ਹੀ ਮਤਲਬ ਮੈਂ ਕਿਹਾ ਜਾਣਾ ਹੀ ਕਹਿੰਦਾ ਵੀ ਜਾ ਫਿਰ ਉਹ ਤਾਂ ਡਰ ਗਈ ਹੁਣ ਸਵਾਰੀ ਘੱਟ ਆਉਂਦੀ ਰਾਹ ਪੁੱਛਣ ਵਾਲੇ ਜਾ ਜਾਂਦੇ ਭਾਜੀ ਫਲਾਨਾ ਚੌਂਕ ਕਿੱਧਰ ਪੈਂਦਾ ਜੀ ਹਾਂ ਦੱਸ ਕਮਾਲ ਦੇ ਅੱਛਾ ਵੇ ਤੁਸੀਂ ਕਿਸੇ ਨੂੰ ਘਰ ਤੱਕ ਵੀ ਛੱਡ ਕਿਉਂ ਨਹੀਂ ਕਿੱਡੇ ਤੇ ਲਾ ਦਿੰਨੇ ਹੋ ਤੁਹਾਡੇ ਵਰਗੀ ਹੋਈ ਛੱਡਾ ਹੀ ਦੀ ਹੈ ਹੁਣੀ ਕਹਿੰਦੇ ਤੁਹਾਡੇ ਵਰਗੀ ਪੈਸੇ ਘੱਟ ਦਿੰਦੀ ਆ ਉਦੋਂ ਤੇ ਡੋਣਾ ਹੋ ਜਾਵਰ ਤੇ ਡੋੜੀ ਹੋ ਜੀ ਤਾਂ ਅੱਛਾ ਤੁਸੀਂ ਸ਼ੀਸ਼ੇ ਵਾਵਾ ਲਾਏ ਹੁੰਦੇ ਕਈ ਵਾਰੀ ਆਟੋਆਂ ਦੇ ਵਿੱਚ ਇੰਨੇ ਸ਼ੀਸ਼ੇ ਦੀ ਲੋੜ ਹੁੰਦੀ ਉਹ ਸਵਾਰੀਆਂ ਦੇਖਣ ਨੂੰ ਲਾਏ ਹੁੰਦੇ ਕਿ ਪਿੱਛੇ ਦੇਖਣ ਨੂੰ ਲਾਏ ਹੁੰਦੇ ਮੈਨੂੰ ਜੀ ਪਤਾ ਹੋਣਾ ਚਾਹੁੰਦਾ ਤੁਹਾਡੀ ਪਿੱਠ ਪਿੱਛੇ ਚੱਲ ਕੀ ਰਿਹਾ ਹੈ ਇਸੇ ਗੱਲ ਵੇ ਤੁਸੀਂ ਸੜੇ ਸੜੇ ਗਾਣੇ ਲਾਏ ਹੁੰਦੇ ਵਿੱਚ ਗਾਣੇ ਮਣ ਜੀ ਸੜੇ ਸੜੇ ਗਾਣੇ ਲਾਏ ਨੇ ਗਾਣੇ ਸਿੰਗਰਾਂ ਨੂੰ ਪੁੱਛ ਕੇ ਵੇਖੋ ਤੁਸੀਂ ਪਹਿਲਾਂ YouTube ਥੋੜੀ ਨਹੀਂ ਅਸੀਂ ਉਹਨਾਂ ਦੀ ਮਤਲਬ ਸੋਸ਼ਲ ਮੀਡੀਆ ਦਾ ਕੰਮ ਕਰਦੇ ਰਹੇ ਆ ਵਧੀਆ ਗਾਣੇ ਲਾਏ ਹੁੰਦੇ ਕੰਟ ਪਲੇਅਰ ਹੁਣੀ ਆਪਾਂ ਹੀ ਹਿੱਟ ਕਰਾਏ ਆ ਹੈ ਕਾਸ਼ ਕਿਤੇ ਉਹ ਵੀ ਤੇਰੇ ਮੁੜਿਆ ਹੁਣ ਹਾਂ ਬਰੋਜ ਖਾਨ ਹੁਣੀ ਹਾਂ ਆਪਾਂ ਹਿੱਟ ਕਰਾਏ ਮੈਂ ਤੁਸੀਂ ਵੀ ਹਿੱਟ ਕਰਾਇਓ ਹੇਟੀ ਆ ਹੇਟਾ ਹੀ ਕਰਾਏ ਆ ਉਦੋਂ ਲੋਕਾਂ ਨੂੰ ਗਾਣਿਆਂ ਦਾ ਪਤਾ ਆਟੋ ਚੋਂ ਜਾਂ ਨਾਈ ਦੀਆਂ ਦੁਕਾਨਾਂ ਤੋਂ ਪਤਾ ਲੱਗਦਾ ਸੀ ਯੇ ਸਲੂਨ ਸਲੂਨ ਠੀਕ ਆ ਪੁਰਾਣੇ ਵਾਲੇ ਹੋਰ ਕੀ ਅੱਛਾ ਠੀਕ ਆ ਅੱਛਾ ਮਤਲਬ ਆਟੋ ਦਾ ਫਾਇਦਾ ਹੋ ਗਿਆ ਆਟੋ ਦਾ ਮੈਨ ਕੀ ਫਾਇਦਾ ਕਿੰਨਾ ਨੂੰ ਨਹੀਂ ਆ ਤੁਹਾਨੂੂੰ ਆਟੋ ਦਾ ਫਾਇਦਾ 20 ਵਾਰੀ ਤੁਸੀਂ ਆਟੋ ਮੇਰੇ 'ਚ ਆਏ ਹੋ ਲੀਡਰਾਂ ਨੂੰ ਸਾਡਾ ਫਾਇਦਾ ਲੀਡਰਾਂ ਨੂੰ ਹੁਣ ਕਿੱਥੇ ਫਾਇਦਾ ਹੋ ਗਿਆ ਵੋਟਾਂ ਇਹਨਾਂ ਸੁਣਿਆ ਨੇ ਪੰਜਾਬ 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 ਤੱਕੜੀ ਨੂੰ ਵੋਟ ਪਾ ਕੇ ਝਾੜੂ ਨੂੰ ਕਾਮਯਾਬ ਬਣਾਓ ਸੁਣਿਆ ਨਹੀਂ ਕਦੀ ਮਣ ਜੀ ਠੀਕ ਆ ਚੀਜ਼ਾਂ ਨੇ ਆ ਤੂੰ ਤਰੂ ਜਿਹਾ ਲਾਇਆ ਹੁੰਦਾ ਵਿੱਚ ਆਟੋ ਦੇ ਮੇਰਾ ਹੋਰ ਮੇਰੀ ਆਵਾਜ਼ ਇੱਡੀ ਹੈਗੀ ਮੈਂ ਦੁਰਗਰੰਗੀਲਾ ਕਮਾਲ ਦੇ ਕਰ ਜੋ ਮਰਜ਼ੀ ਆ ਜੋ ਮਰਜ਼ੀ ਨਹੀਂ ਤੁਸੀਂ ਮੇਰਾ ਹੱਲ ਕਰਾਓ ਮੈਂ ਥੋੜੋ ਇੱਥੇ ਥੋੜੋ ਹੱਲ ਹੋਣਾ ਤੁਹਾਡਾ ਥਾਣੇ ਜਾ ਕੇ ਹੱਲ ਹੋਣਾ ਆ ਜਦੋਂ ਮੈਂ ਪਰਚਾ ਹੀ ਥਾਣੇ ਵਾਲਿਆਂ ਦੇ ਖਿਲਾਫ ਦੇਣਾ ਤੇ ਦੱਸ ਉੱਥੇ ਕਿੱਦਾਂ ਹੱਲ ਸਿੱਧੇ ਹੋ ਕੇ ਮਾਮਾ ਮੰਡੀ ਪੀਏਪੀ ਸਬਾਨਪੁਰ ਵਾਲੇ ਸਿੱਧੇ ਹੋ ਕੇ ਬੈਠੋ ਪਹਿਲਾਂ ਸਿੱਧੇ ਹੋ ਕੇ ਮੈਂ ਤੁਹਾਨੂੰ ਕਿਹਾ ਆਟੋ
ਆਪਣੇ ਸਾਈਡ ਤੇ ਕਰ ਆਟੋ ਆਟੋ ਕੀ ਹੁੰਦਾ ਆਟੋ ਕੀ ਹੁੰਦਾ ਓਏ ਕੀ ਹੁੰਦਾ बकवास ना कर सीधा आया ऑटो साइड दे तोतिया रंगी नहीं ठीक है जनाब जी तुहाडे कोल ही आन लगे है रिपोर्ट लिखोनी परस किसे दा रह गया इहदी रिपोर्ट लगाउणी सी मैडम जी इहदी रिपोर्ट इन्ने ते दुखी कीता बाकी पुलिस चंगी आ इन्हां ने की दुखी कीता आ मैडम जी दुखी कीता टेडे दा साडा सवारियां नाल ही भरया की मतलब जिन्ने के पैसे उधर होंदे सारे इधर ही जांदे ओए तू इत्थे मीडिया गवा के बकवास करना मत अपनी ऑटो साइड ते कर चल साइड ते कर तन्नू किन्नी अर गया सड़क ते नहीं लाउणी ऑटो के ते कमरे च लाम किचन चलावा के दी लाणी तो सड़क ते ही ऑटो गल ता सही है ओ मैडम जी विचकारे थोड़ी लाणी ए भी सही है गंद पाया मैडम जी सारे शहर च गंद पाया ट्रैफिक इना इना ने कीता ट्रैफिक अच्छा सी कीता और किने कीता मैडम जी मैं ते फेर 5-7 सवारियां भाईयां हुंदियां उना नु नहीं फड़दे चिट्टी डैवर च चिट्टे वेले कल्ले ही जान देंदे उना ने गंद पाया उना नु रोको ਉਹਨਾਂ ਨੂੰ ਕਦੋਂ ਰੋਕਿਆ ਯਾਰ ਜਦੋਂ ਮੈਂ ਦੀ ਗੱਡੀ ਚ ਮੈਂਬਰ ਹੀ ਪੂਰੇ ਨਹੀਂ ਕੱਲੇ ਨਹੀਂ ਜਾਣਾ ਕਿ ਦੂਜੀ ਪਬਲਿਕ ਟਰਾਂਸਪੋਰਟ ਚ ਚੱਲ ਜਾਣ ਆਟੋ ਚੱਲ ਜਾਣ ਮੈਂਬਰ ਪੂਰੇ ਨਹੀਂ ਤੁਸੀਂ ਤੁੰਨੇ ਹੁੰਦੇ ਆਟੋ ਚ ਲੈ ਤੁੰਨੇ ਮੈਂ ਦੀ ਕਮਾਲ ਦੇ ਕਰਨਾ ਓਏ ਮੈਡਮ ਮੈਂ ਕਹਿਣ ਦਿਆ ਆ ਤਿੰਨਾਂ ਦਾ ਪਰਮਿਟ ਹੁੰਦਾ ਆਟੋ ਦਾ 7-7 ਜਣੇ ਉਹ ਪਿੱਛੇ ਇੱਕ ਫੱਟੇ ਤੇ ਸਾਈਡ ਤੇ ਬਿਠਾ ਹੁੰਦਾ ਲਾਗੋ ਟਰੱਕ ਨਿਕਲਦਾ ਵੀ ਪਿੱਠ ਛਿੱਲੀ ਜਾਂਦੀ ਵਿਚਾਰੇ ਦੀ ਮੈਡਮ ਜੀ ਮੈਂ ਤੁਹਾਨੂੰ ਦੱਸਾਂਗਾ ਜੇ ਆਪਾਂ ਸਵਾਰੀਆਂ ਨਾ ਜਿਆਦੀਆਂ ਚੁੱਕੇ ਤੇ ਤੀਜੇ ਚੌਥੇ ਦਿਨ ਸਾਡਾ ਆਟੋ ਚੁੱਕਿਆ ਜਾਣਾ ਹੈ ਕਿਸ਼ਤਾਂ ਵਾਲੇ ਲੈ ਜਾਣ ਚੱਕ ਕੇ ਅਸੀਂ ਕਿਸ਼ਤਾਂ ਨਹੀਂ ਲਾਉਣੀਆਂ ਦੱਸੋ ਕਮਾਲ ਕੰਡੇ ਆਟੋ ਦਾ ਚਾਹ ਪਾਣੀ ਕੱਢਣਾ ਮੈਡਮ ਜੀ ਆਪਣਾ ਚਾਹ ਪਾਣੀ ਕੱਢਣਾ ਇਹਨਾਂ ਦਾ ਚਾਹ ਪਾਣੀ ਕੱਢਣਾ ਨਹੀਂ ਬਕਵਾਸ ਕਰ ਰਹਾ ਹਾਂ ਚਾਹ ਪਾਣੀ ਦਾ ਮੈਂ ਢਿੱਡ ਮਾਰ ਕੇ ਤੇਰਾ ਬੁੱਲ ਪਾੜ ਦੇਣਾ ਦੱਸ ਬੁੱਲ ਪਾੜ ਦੇਣਾ ਵੇਖਿਆ ਮੈਡਮ ਜੀ ਕਿੱਦਾਂ ਬੋਲਦੇ ਸਾਡੇ ਨਾਲ ਹੀ ਸਾਡੇ ਨਾਲ ਤੁਹਾਡੇ ਨਾਲ ਹੋਰ ਕਿੱਦਾਂ ਬੋਲੀਏ ਹਾਂ ਸਾਨੂੰ ਕਹਿੰਦੇ ਮੈਡਮ ਜੀ ਅਸੀਂ ਸੜਕ ਮੱਲੀ ਹੁੰਦੀ ਸੜਕ ਮੱਲੀ ਹੁੰਦੀ ਸੜਕ ਤੇ ਇਹਨਾਂ ਮੱਲੀ ਹੈ ਮੈਡਮ ਜੀ 3 ਫੁੱਟ ਦਾ ਇਹਨਾਂ ਦਾ ਢਿੱਡ ਆ 4 ਫੁੱਟ ਦਾ ਬੈਰੀਗੇਟ ਹੁੰਦਾ 10 ਫੁੱਟ ਸੜਕ ਦੇ ਵਿੱਚੋਂ 7 ਫੁੱਟ ਤੇ ਇਹ ਲੈ ਗਏ ਓਏ ਮੈਂ ਬਕਵਾਸ ਨਾ ਕਰ ਮੈਂ ਸਿੱਧਾ ਆਇਆ ਮੈਂ ਦੱਸਦਾ ਨਹੀਂ ਜਨਾਬ ਜੀ ਤੁਸੀਂ ਆਟੋ ਵਾਲਿਆਂ ਨੂੰ ਨਾ ਕਰਿਆ ਕਰੋ ਤੰਗ ਉਹ ਕਹਿੰਦੇ ਕਿ ਸਾਡਾ ਮੈਡਮ ਜੀ ਇਹਨਾਂ ਨੇ ਤੰਗ ਕੀਤਾ ਸਾਰੀ ਟ੍ਰੈਫਿਕ ਜਾਮ ਇਹਨਾਂ ਕਰਕੇ ਹੋਈ ਹੁੰਦੀ ਆ ਗੰਦ ਇਹਨਾਂ ਨੇ ਪਾਇਆ ਗੰਦ ਮੈਂ ਕਿਤੇ ਲਿਫਾਫੇ ਸਿੱਟਦਾ ਜਾਂਦਾ ਜਨਮ ਦਾ ਚਲਾਉਂਦਾ ਕੂੜਾ ਸਿੱਟ ਕੇ ਜਾਂਦਾ ਰੋ ਇਹਨਾਂ ਧੂਆਂ ਕਰਦੇ ਯਾਰ ਤੁਸੀਂ ਫੈਕਟਰੀਆਂ ਤੋਂ ਵੱਧ ਹੁੰਦਾ ਧੂਆਂ ਸਾਡਾ ਚਿਮਣੀਆਂ ਚੋਂ ਵੱਧ ਨਿਕਲਦਾ ਇਹਦੇ ਵਿੱਚ ਜੋ ਕੋਲ ਸਿਲੰਸਰ ਹੀ ਹੁੰਦੀ ਉੱਤੋਂ ਸੀਐਨਜੀ ਤੇ ਆਟੋ ਆ ਕੇ ਬਾਨੇ ਮੈਡਮ ਜੀ ਮਰ ਗਿਆ ਆਂਡਿਆ ਓਏ ਆਟੋ ਮੈਂ ਤੈਨੂੰ ਕਹਿੰਦਾ ਹਟ ਜਾ ਆਟੋ ਉਹਦਾ ਨਾ ਆਟੋ ਨਹੀਂ ਆ ਉਹਦਾ ਨਾ ਪੰਮਾ ਹੀ ਨਾ ਦੱਸੇ ਤੇ ਜੀ ਇਹਨਾਂ ਨੂੰ ਤਾਂ ਮੈਡਮ ਜੀ ਜਿਹੜਾ ਕੰਮ ਕਰਦਾ ਉਹੀ ਕਹਿਣਾ ਇਹਨੂੰ ਅੱਛਾ ਤੁਹਾਨੂੰ ਮੈਂ ਤੈਨੂੰ ਚਾਹ ਪਾਣੀ ਕਹਿ ਦਿਆ ਕਰਾਂ ਲੱਗੀ ਮਿਰਚ ਲੱਗੀ ਮਿਰਚ ਸਪਾਈਸੀ ਤੂੰ ਬਹੁਤ ਬਕਵਾਸ ਕਰਦਾ ਆਟੋ ਮੈਂ ਤੇਰਾ ਤੇ ਇਹਨੂੰ ਸਟੈਂਡ ਤੇ ਲਾਇਆ ਕਰੋ ਜਿਹੜਾ ਬਾਹਰ ਲਾਇਆ ਸਟੈਂਡ ਤੇ ਲਾਓ ਹਾਂ ਸਟੈਂਡ ਤੇ ਲਾਓ ਸਟੈਂਡ ਤੇ ਲਾਓ मैडम जी तेरिया धीआं भैणां मैडम जी आटो च बैठिया हुंदियां उच्ची उच्ची गंदे गंदे गाने लाउंदे हैं ਗਾਣੇ ਲਾਏ ਉੱਚੀ ਗਾਣੇ ਤੈਨੂੰ ਸਾਡੇ ਸੁਣ ਗਏ ਹੈ ਜਿਹੜੇ ਥਾਰਾਂ ਚ ਲੱਗਦੇ ਨੇ ਉਹ ਨਹੀਂ ਤੈਨੂੰ ਸੁਣਦੇ ਜੀਪਾਂ ਚ ਲੰਡੀਆਂ ਚ ਲੱਗਦੇ ਉਹ ਨਹੀਂ ਤੈਨੂੰ ਸੁਣਦੇ ਅਸੀਂ ਜੇ ਮਨੋਰੰਜਨ ਨਹੀਂ ਮਾੜੇ ਜੇ 2 ਗੀਤ ਲਾ ਲਏ ਆ ਸਾੜ ਪੈ ਗਿਆ ਤੈਨੂੰ ਹੈ ਨਾ ਇੱਡੀ ਤੇਜ਼ ਜਾਣ ਕੇ ਇਹ ਗੱਲ ਤਾਂ ਸੱਚੀ ਆ ਵੀ ਇਹ ਗੱਲ ਤਾਂ ਪੰਮਾ ਜੀ ਸੱਚੀ ਆ ਤੁਸੀਂ ਇੱਕਦਮ ਚੰਗੀ ਮੇ ਕੋ ਰੈਂਗਲਰ ਹੈ ਨਾ ਮੈਮ ਨੂੰ ਐ ਐ ਐ ਤੁਸੀਂ ਗਾੜੀ ਤੋਂ ਉੱਤੇ ਹੋ ਜਾਂਦਾ ਨਹੀਂ ਮੈਡਮ ਜੀ कमाल करी जाने एक मिनट मैडम को 2 मिनट ना पा ਸਵਾਰੀਆਂ ਨੂੰ ਵੀ ਤੇ ਸਬਰ ਹੈਗਾ ਤੂੰ ਬਹੁਤ ਨਹੀਂ ਮਾਸੀ ਦੀ ਕੁੜੀ ਉਹ ਕਬਹਿਣਾ ਆਟੋ ਸਾਰਤ ਕਰਕੇ ਜਾਮ ਲੱਗਾ ਪਰ ਯਾਰ ਸਵਾਰੀਆਂ ਵੀ ਤੇ ਸਬਰ ਕਰਕੇ ਬੈਠੀਆਂ ਤੂੰ ਹੀ ਕਰ ਲੋ ਥੋੜਾ ਜਿਹਾ ਸਵਾਰੀਆਂ ਦਾ ਸਬਰ ਵੀ ਤੋੜ ਦਿੰਦੇ ਤੁਸੀਂ ਇੱਕ ਮਿੰਟ ਬਹਿ ਜਾਓ ਬਹਿ ਜਾਓ ਆ ਰਹੀ ਦੀ ਇੱਕ ਸਵਾਰੀ ਦੇਖਣੀ ਕਿੰਨੇ ਦੁਖੀ ਕਰਦੇ ਭਰ ਕੇ ਤੁਰਨਾ ਵਿੱਚ ਪਾਣੀ ਭਰ ਲਿਆ ਕਰ ਭਰ ਕੇ ਤੁਰਨਾ ਭਾਈ ਇੱਕ ਸਵਾਰੀ ਨਾਲ ਖਰਚੇ ਪੂਰੇ ਹੁੰਦੇ ਆ ਕਿਤੇ ਨਹੀਂ ਹੁੰਦੇ 2-3 ਸਵਾਰੀਆਂ ਬੈਠੀਆਂ ਹੁੰਦੀਆਂ ਉਦੋਂ ਤੁਰ ਪਿਆ ਕਰੋ ਇਹਨਾਂ ਮਿੰਟ ਜੀ ਦੁਖੀ
ਪਤਾ ਕੀ ਹੈ, ਜਦੋਂ ਇਹ ਉਹਦਾ ਪਰਨ ਨਹੀਂ ਸੋਚਦੇ ਚੱਲ ਲਾਹ ਲੈ ਲਈਏ ਸਵਾਰੀ ਬਿਠਾ ਲਈਏ, ਨਹੀਂ ਤੇ ਇਹਨਾਂ ਦਾ ਜੋ ਕੰਮ ਹੈ ਚੱਲ ਆਟੋ ਅੱਗੇ ਚੱਲ ਆਟੋ ਪਿੱਛੇ। ਨਾਲੇ ਤੁਸੀਂ ਵੀ ਜਨਾਬ ਜੀ ਜ਼ਿਆਦਾ ਤੰਗ ਵੀ ਨਾ ਕਰਿਆ ਕਰੋ ਆਟੋ ਵਾਲੇ ਨੂੰ। ਮੇਰੇ ਤੇ ਆਟੋ ਦਾ ਬੈਗ ਗੇਅਰ ਵੀ ਨਹੀਂ ਹੈ, ਹੋਰ ਕੀ ਤਾਂ ਮੈਡਮ ਜੀ, ਆਟੋ ਨੂੰ ਵੀ ਖੱਲੀਆਂ ਪੈਂਦੀਆਂ, ਮੈਨੂੰ ਵੀ ਕਰਨੀਆਂ। ਆਟੋ ਸਾਰੀਆਂ ਦਾ ਬੈਗ ਗੇਅਰ ਹੁੰਦਾ ਹੈ, ਮੇਰੀ ਦਾ ਹੈ ਨਹੀਂ ਹੈ। ਉਹਦੇ ਵਿਚਾਰੇ ਸਟਾਰਟ ਵੀ ਰੱਸੀ ਨਾਲ ਕਰਨਾ ਪੈਂਦਾ, ਕਈ ਵਾਰੀ ਪਿੱਠ ਜਲ ਜਾਂਦੀ ਹੈ, ਰੱਸੀ ਟੁੱਟ ਜਾਂਦੀ ਹੈ। ਪੁਰਾਣੀ ਆਟੋ ਆ, ਰੱਸੀ ਪੁਰਾਣੀ, ਆਟੋ ਨਵੀਂ ਹੈ। ਹੋਰ ਮੈਡਮ ਜੀ ਇੰਨਾ ਗੰਦ ਪਾਇਆ, ਗੰਦ ਸਿਰਫ ਇਸੇ ਗੱਲ ਦਾ ਵੀ ਇਹਨੂੰ ਨੀ ਭਾਈਦਾ। ਕਿਉਂ ਨੀ ਇਹਨੂੰ? ਬਕਵਾਸ ਕਰਕੇ ਨਾ, ਆਪ ਹੀ ਕਰ ਗਿਆ ਨਾ। ਮੈਂ ਜਦੋਂ ਕਹੂੰਗਾ ਮੈਨੂੰ ਛੱਡਿਆ, ਉਦੋਂ ਛੱਡ ਕੇ ਨੀ ਉਹ ਦੱਸ ਛੱਡਿਆ ਕਰੋ। ਹਾਏ ਅਗਲੇ ਜੀ, ਇਹਨੂੰ ਹਰ ਵਾਰੀ ਮੈਂ ਛੱਡਿਆ, ਇਹਨੂੰ ਮੈਂ ਪਾਇਆ ਹੀ ਨੀ। ਆਟੋ ਹਟ ਜਾ, ਆਟੋ ਮੈਂ ਤੂੰ ਦੱਸ ਦਿਆ। ਮੇਰਾ ਨਾਮ ਪੰਮਾ ਹੈ, ਮੈਂ ਤੁਹਾਨੂੰ ਦੱਸੀ ਜਾਂਦਾ। ਓ ਯਾਰ ਜਿਹੜਾ ਕੰਮ ਕਰਦਾ ਤੈਨੂੰ ਮੈਂ ਆਟੋ ਹੀ ਕਹਿਣਾ, ਆਟੋ ਹੀ ਕਹਿਣਾ ਤੈਨੂੰ। ਫਿਰ ਮੈਂ ਚਾਹ ਪਾਣੀ ਕਰਾਂ। ਕਿਉਂ ਮਹਾਰਾਜ, ਤੁਸੀਂ ਪੰਜਾਬ ਪੁਲਿਸ ਨੂੰ ਖਰਾਬ ਕਰਨੀ, ਸੈੱਟ ਕਰੋ ਥੋੜਾ। ਤੂੰ ਮਹਿਕਮੇ ਨੂੰ ਗੱਲ ਨੀ ਕਰਨੀ, ਮੈਂ ਬੋਲੀ ਬਾਣੀ ਨੀ ਸੈੱਟ ਕਰਨੀ, ਆਹ ਸੈੱਟ ਮਹਿਕਮੇ ਨੂੰ ਕੌਣ ਗੱਲ ਕਰਨੀ? ਮਹਿਕਮੇ ਦੀ ਅੱਜ ਵੀ ਤਾਰੀਫ ਕਰਦਾ, ਪਿੱਛੇ 8 ਕਰੋੜ ਦਾ ਡਾਕਾ ਵੱਜਿਆ ਮੈਡਮ ਜੀ, 8 ਮਿੰਟਾਂ ਚੱਕ ਕੇ ਅਗਲੇ ਨੇ ਅੰਦਰ ਮਾਰੀ, ਬਿਲਕੁਲ ਡਾਕੂ ਸੀ ਨਾ, ਬਿਲਕੁਲ ਰੋਟੀਆਂ ਦੇ ਲੰਗਰ ਨਾ ਫੜੀ ਅਗਲੇ ਨੇ। ਜੇ ਕਿਤੇ ਉਹਨਾਂ ਪੁਲਿਸ ਵਾਲੇ ਚ ਇਹ ਹੁੰਦਾ, ਇਹਦਾ ਡਾਕੂ ਸੀਨਾ ਵੱਲ ਘੱਟ ਧਿਆਨ ਤੇ ਰੋਟੀਆਂ ਵੱਲ ਜ਼ਿਆਦਾ ਹੋਣਾ। ਬਿਲਕੁਲ ਸਹੀ, ਕਹਦੇ ਝੂਠ, ਤੂੰ ਬਕਵਾਸ ਨਾ ਕਰ। ਮੈਂ ਕਹਦੇ ਮੈਂ ਮਿੱਠਾ ਛੱਡਿਆ, ਕਹਦੇ ਮੈਂ ਮਿੱਠਾ ਛੱਡਿਆ, ਮੈਂ ਪੀਂਦਾ ਨਹੀਂ। ਆਹੋ ਮੈਨੂੰ ਸ਼ੂਗਰ, ਮੈਂ ਨਹੀਂ ਪੀਂਦਾ। ਢੇਡੇ ਦਾ ਲੱਗਦਾ ਬਲੈਕ ਟੀ ਵਾਲਾ ਦੱਸ ਨਹੀਂ। ਮੈਡਮ ਜੀ ਪੀਐਮ ਸਾਹਿਬ ਨੇ ਕਿਹਾ ਆ, ਕੇ ਸੀਐਮ ਸਾਹਿਬ ਨੇ ਕਿਹਾ ਲੈ, ਇਹਨੂੰ ਪੀਐਮ ਸੀਐਮ ਨੀ ਪਤਾ। ਕਿਸੇ ਸਾਹਿਬ ਨੇ ਕਿਹਾ ਯੋਗਾ ਕਰ ਰਿਹਾ, ਆਪਾਂ ਯੋਗਾ ਕਰੀ ਦੀ ਆ ਫੁੱਲ। ਉਹਨਾਂ ਕਰਿਆ ਢਿੱਡ ਦੇ ਭਾਰ ਨਾਲ ਥੱਲੇ ਡੇਗ ਪੈਣਾ, ਤੈਨੂੰ ਦੱਸਾਂ ਬਾਹਰ ਹੀ ਆ, ਤੂੰ ਮੈਂ ਦੱਸਣ ਦਿਆਂ। ਫਿਰ ਉਹ ਗੱਲਾਂ ਕਰੀ ਜਾਣ ਦੇ, ਦੱਸੋ ਤੁਸੀਂ। ਜਿੱਦਾਂ ਮੈਂ ਤੇਰੀ ਪਿੱਛੋਂ ਲਾਈਟ ਭੰਨੀ ਨਾ, ਉਦਾਂ ਤੇਰਾ ਮੂੰਹ ਬੰਨ ਦੇਣਾ ਮੈਂ। ਉੱਪਰੋਂ ਐਡੀ ਤੇਜ਼ ਆਟੋ ਚਲਾਉਣਗੇ, ਐਡੀ ਤੇਜ਼ ਆਟੋ ਚਲਾਉਣਗੇ, ਕਿੱਥੇ ਜਾਣਾ ਹੁੰਦਾ ਐਡੀ ਕਾਲੀ ਕਾਲੀ ਤੈਨੂੰ? ਮੈਡਮ ਜੀ ਮੇਰੀ ਗੱਲ ਸੁਣੋ, ਕਈ ਵਾਰੀ ਹੁੰਦਾ ਮੈਡਮ ਜੀ ਲੋਕਾਂ ਨੇ ਫਿਲਮ ਨੂੰ ਵੇਖਣੀ ਹੁੰਦੀ ਹੈ, ਹਨਾ, ਫਿਲਮ ਵੇਖਣੀ ਹੁੰਦੀ। ਮੈਂ ਮੁਕੇਸ਼ ਦੇ ਆਉਣ ਤੋਂ ਪਹਿਲਾਂ ਪਹਿਲਾਂ ਬੰਦੇ ਪਹੁੰਚਾ ਦਿੰਦਾ ਮੈਡਮ ਜੀ ਥੀਏਟਰ ਚ। ਮੁਕੇਸ਼ ਕੌਣ? ਇਹ ਹੈ ਮੁਕੇਸ਼, ਇਸ ਤੋਂ ਗੁਟਕਾ ਖਾਣੇ ਕੀ ਲੱਤ ਲੱਗ ਗਈ। ਉਹ ਤੋਂ ਪਹਿਲਾਂ ਆਪਾਂ ਸਵਾਰੀ ਅੰਦਰ ਵਾੜਦੇ, ਸਵੇਰੇ ਸਾਨੂੰ ਇਹਦੇ ਵਰਗੇ ਟੱਕੜੇ ਜਿਹਨਾਂ ਨੇ ਸਾਡੇ ਤੋਂ 100-200 ਖੋਣਾ, ਰਾਤ ਨੂੰ ਆਟੋ ਖੋਣ ਵਾਲੇ ਵੀ ਮਿਲਦੇ ਆ। ਇਹ ਵੀ ਗੱਲ ਆ, ਰੇਟ ਉਸੇ ਹਿਸਾਬ ਨਾਲ ਡਾਲੇ, ਲੈਟਾਂ ਨੀ ਚੱਕਣੀਆਂ ਲੋਕਾਂ ਨੂੰ ਮੈਡਮ ਜੀ, 300 ਯੂਨਿਟ ਮਾਫ ਸਾਨੂੰ ਥੋੜੀ। ਆਟੋ ਦੀ ਕਿਹੜੀ ਯੂਨਿਟ? ਲੈ ਮਾਡੇ ਕੰਨ ਲੜੀਆਂ ਲਾਈਆਂ ਮੈਂ ਚਾਰ ਚ ਪੀਰੀ, ਉਹ ਆਟੋ ਆਇਆ ਪੈਜੀ ਸਵਾਰੀਆਂ ਹੁਣ ਦੋ ਪੂਰੀਆਂ, ਉਹ ਇੱਧਰ ਕਾਂਦਾ, ਇੱਧਰ ਕਿੱਧਰ ਗਈ ਜਾਣਾ, ਇੱਧਰੋਂ ਗਿਣਾ। ਉਹ ਸੁਣ ਗਿਆ ਉਹਨਾਂ ਨੂੰ, ਜਿਹਨਾਂ ਨੂੰ ਸੁਣਾਉਣਾ, ਚੰਟਣਾ ਬਣਿਆ ਕਰ ਗਿਆ। ਬਕਵਾਸ ਕਰਨ ਦਿਆਂ, ਉਹ ਆਟੋ ਮੇਰੀ ਗੱਲ ਸੁਣ, ਚੱਲ ਆਪਣਾ ਸਾਈਡ ਤੇ ਕਰ ਲਾ, ਮੈਂ ਤੈਨੂੰ ਦੱਸਣ ਦਿਆਂ। ਕਮਾਲ ਡਿਆ ਕਰਨ ਦੱਸ ਵੇ, ਨਾ ਤੇਰਾ ਆਟੋ ਆ ਲੇਡੀ ਪਰਸ ਰੱਖਿਆ, ਨਾ ਤੇਰੇ ਟੈਂਪੂ ਨਾ ਪਾ ਦਈਏ, ਇਹ ਮੋੜਨਾ, ਇਹਨੇ ਮੋੜਨਾ ਆ, ਇਹ ਕਿਹੜਾ ਪਰਸ ਹੈ? ਕਿਸੇ ਦਾ ਗੁੱਡੀ ਦਾ ਪਰਸ ਆ। ਹਾਂ ਗੁੱਡੀ ਦਾ ਆ, ਤੁਹਾਨੂੰ ਦੇ ਦਿਆਂ? ਨਹੀਂ ਇਹ ਲੇਡੀ ਪਰਸ ਇੱਕ ਮਿੰਟ ਤੁਹਾਡਾ, ਦੱਸ ਤੂੰ ਅੱਗੇ ਪਹੁੰਚਾ ਦੇਂਗਾ, ਇਹ ਤੁਹਾਡਾ? ਨਹੀਂ ਇਹਨਾਂ ਦੀ ਆਟੋ 'ਚ ਕਿਸੇ ਦਾ ਰਹਿ ਗਿਆ ਸੀ ਪਰਸ, ਇਹਨੇ ਮੋੜਨਾ ਹੀ ਆ, ਉਹਦੀ ਕੰਪਲੇਂਟ। ਮੈਡਮ ਜੀ ਤੁਸੀਂ ਇੱਥੇ ਪਰਚਾ ਲਿਖਣਾ, ਮੈਂ ਤੁਹਾਨੂੰ ਥਾਣੇ ਜਾ ਕੇ ਪਰਚਾ, ਮੈਂ ਤਾਂ ਤੇ ਦਿਨਾ, ਚੱਲ ਪੁੱਤ ਆ ਚੋਰੀ ਕੀਤਾ, ਚੱਲ ਹੈ, ਚੱਲ ਤੈਨੂੰ ਮੈਂ ਸਿੱਧਾ ਕਰਦਾ, ਚੱਲ ਗੇੜਾ ਲਾ ਲੈਂ ਦੋ ਇੱਕ, ਚੱਲ ਮੈਂ ਤੈਨੂੰ ਦੱਸਦਾ, ਚੱਲ ਲੈ ਜਿਓ ਗੇੜੇ ਤੋਂ, ਨਾ 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 ਤੈਨੂੰ ਮੈਂ ਦੱਸ ਤੇਰੀ ਆਟੋ ਮੌਂਡ ਕਰਦਾ, ਚੱਲ ਆਲਰੇਡੀ ਪਰਸ ਚੋਰੀ ਕੀਤਾ, ਚੱਲ ਚੱਲ ਤੂੰ ਦੋ ਗੇੜਾ, ਕੋਈ ਨਹੀਂ ਤੇਰਾ ਮੈਂ ਗੇੜਾ ਲਵਾਉਣਾ, ਪਟੇਲਾ ਗੇੜਾ ਲਵਾਉਣਾ, ਚੱਲ। ਲਓ ਜੀ ਦੋਨਾਂ ਦੀਆਂ ਗੱਲਾਂ ਬਾਤਾਂ ਤਾਂ ਤੁਸੀਂ ਸੁਣ ਹੀ ਲਈਆਂ, ਜੇ ਤੁਹਾਨੂੰ ਵੀ ਇਦਾਂ ਦਾ ਆਟੋ ਵਾਲਾ ਟੱਕਰਿਆ ਤੇ ਉਹ ਜ਼ਰੂਰ ਕਮੈਂਟ ਕਰਕੇ ਦੱਸੋ, ਤੇ ਗੱਲਾਂ ਬਾਤਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਉਹ ਵੀ ਜ਼ਰੂਰ ਦੱਸਿਓ। ਪ੍ਰੋਗਰਾਮ ਜੇ ਵਧੀਆ ਲੱਗਿਆ ਲਾਈਕ ਵੀ ਕਰੋ, ਸ਼ੇਅਰ ਵੀ ਕਰਿਓ। ਹੁਣ ਮੈਨੂੰ ਨੀਲਮ ਕੁਈ ਨੂੰ ਦਿਓ ਇਜਾਜ਼ਤ, ਤੁਸੀਂ ਦੇ ਦਿਓ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ, ਟੇਕ ਕੇਅਰ, ਬਾਏ, ਸਤਿ ਸ਼੍ਰੀ ਅਕਾਲ।